अस्सलाम वालेकुम, सत श्री अकाल, वेलकम करते हैं जी तुहानू बाजवा व्लॉग च। मैं हाँ जी उजमा, तो मेरे नाल ने शानजा ने सानू ज्वाइन किया कुछ दिन पहले। तो रिएक्शन की दुनिया के शानजा नवी आई है, तो शानजा ने पता नहीं चलता। शानजा बहुत शर्मीली बच्ची है, घट घट बोलती है। तो अज शानजा आप वेखेंगे सुच्चा सुरमा मूवी का ना पब्लिक रिव्यू। सुच्चा सुरमा मूवी आई है बब्बू मान की। असी ना यदा ट्रेलर वेख्या सी, तो यह कि ट्रेलर तो बहुत वधिया सी, मतलब किसी दो दोस्तों की दुश्मनी के बारे से विखाया गया, क्योंकि पहले जिनी दोस्ती सी उन्नी ही बाद चो दुश्मनी है। ये बारे भी आप बाद चो गल करने हैं। तो यह रिलीज़ हो गई 4 दिन पहले, पब्लिक सिनेमा दे विच वेख भी आई है। तो वेखने कि पब्लिक की ओपीनियन है। दर्शकों को कैसी लगी मूवी, आओ करते हैं पब्लिक रिव्यू। सुरमा कितनी एक्साइटमेंट सी, मतलब खुशी दस रही है। बहुत मजा आ गया जी, बहुत बढ़िया मूवी सी, बहुत बढ़िया। पुराना सारा कुछ जो भी होई तो फिर तुम पता ही है, बाई का एक होर शो देखना जी। जिंदाबाद। बब्बू मान की मूवी हो नहीं सकता, कहानी बहुत सोहनी है, अमतोज मान ने बहुत अच्छा काम किया, स्क्रीन प्ले बहुत अच्छा वा, तो मूवी ओवरऑल बहुत सोहनी है। जैक सिंह की एक्टिंग अच्छी है, आउट ऑफ 5 मतलब 5 ही है पूरे। बहुत घैंट मूवी जी, बड़ी रहाशर तो बाद यह मूवी यही है जिन्हें हिला के रखता जी। पता नहीं लगा टाइम का कदों निकल गया, फिर आ गलबात जी। बब्बू मान एंडलैस जी, बेस्ट मूवी, बेस्ट एंडिंग पंजाबी मूवी। ਬੱਬੂ ਮਾਨ ਦੀ ਐਕਟਿੰਗ ਬਹੁਤ ਘੈਂਟ ਸੀਗੀ, ਬਹੁਤ ਘੈਂਟ ਸੀ ਬੱਬੂ ਮਾਨ ਦੀ ਐਕਟਿੰਗ ਜੀ। ਥੈਂਕ ਯੂ ਸੋ ਮਚ ਜੀ। ਬੱਬੂ ਮਾਨ ਨੂੰ ਦੇਖ ਕੇ ਰਹੀ ਕਿ ਮੇਰੀ ਹਸ਼ਰ ਦੇਖ ਕੇ ਸੁੱਚਾ ਸੁਰਮਾ ਦੇਖ ਕੇ ਬਹੁਤ ਵਧੀਆ ਜੀ। ਐਕਟਿੰਗ ਵੀ ਬਹੁਤ ਵਧੀਆ ਹੈ, ਤੇ ਬਾਕੀ ਸਟੋਰੀ ਦਾ ਤਾਂ ਪਤਾ ਹੀ ਹੈ, ਸਭ ਨੂੰ ਵਧੀਆ ਹੀ ਹੈ, ਮਤਲਬ ਬਹੁਤ ਵਧੀਆ ਮੂਵੀ, ਬਹੁਤ ਸੋਹਣੀ ਹੈ। ਬੱਬੂ ਮਾਨ ਫੇਵਰੇਟ ਹੈ ਜੀ, ਦੇਖਣਾ ਹੈ ਸੀ ਕਿਵੇਂ ਲੱਗਿਆ। ਬਹੁਤ ਵਧੀਆ, ਟ੍ਰਾਈ ਕੀਤਾ ਹਾਂ ਪੂਰਾ। ਇੱਕ ਚੀਜ਼ ਜਿਹੜੀ ਫਿਲਮ ਦੀ ਬਹੁਤ ਖੂਬਸੂਰਤ ਹੁੰਦੀ ਹੈ, ਫਿਲਮ ਦੀ ਖੂਬਸੂਰਤੀ ਇੱਕ ਇਹ ਆ, क्योंकि जिहड़ा फिल्म का सैटअप आ, जिहड़ा सिनेमाटोग्राफी बहुत वधिया, इहदे बरीकी दे विच बहुत कम किया गया, जिवें कि उहदे पुराने रीति रिवाज सीगे, प्लस उहदे विच जिहड़ा कलर कलैक्शन सीगी ड्रैसां दी, ते जिहड़ा जो भी सैटअप सीगा, जिवें अज कल मन्नदे जिवें बिजली लंघण वाला सीन होंदा है ना, उह दी चोंगी इत्थे पुराने सीनां दे विच कीड़ी जुत्ती सीगी, कई आर्टिस्टां दे जुत्ती सीगी पंजाबी, ते कई नंगे पैर सीगे जिवें उह उस टाइम च सीगा, मतलब कि ज़्यादा बरीकी। हांजी इस बार इंटरनेट है, चेक किया 12,000 टिकट एक घंटे सोल्ड आउट, किसी मैं नहीं लगता हूं तो किसी पंजाबी मूवी की हुई है। ਜਿੰਦਾਬਾਦ
ਘੁਮਾ ਕੇ ਫੈਮਿਲੀਜ਼ ਦੇ ਨਾਲ ਆਪਣੇ ਕਲਚਰ ਨੂੰ ਇੰਜੋਏ ਕਰੋ, ਸੁੱਚਾ ਸੂਰਮਾ ਨੂੰ ਇੰਜੋਏ ਕਰੋ, ਅਤੇ ਬੱਬੂ ਮਾਨ ਦੀ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਖਾਸ ਲੱਗਦੀ ਹੈ ਉਹ ਵੀ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਜ਼ਰੂਰ ਕਰੋ। ਸੋ ਬੱਬੂ ਮਾਨ ਦੀ ਮੂਵੀ ਸੁੱਚਾ ਸੂਰਮਾ ਨਾਲ ਜੁੜੇ ਸੀਗੇ, ਅਤੇ ਕਿੰਨੀ ਕੁ ਪਹਿਲਾਂ ਐਕਸਾਈਟਮੈਂਟ ਕਿੰਨੀ ਸੀਗੀ ਦੇਖਣ ਦੀ? ਚਾਹ ਤਾਂ ਬਹੁਤ ਵੱਧ ਹੋਏ ਸੀ ਵਾਧੂ। ਅਤੇ ਕਿੰਨਾ ਕੁ ਚੰਗਾ ਲੱਗਿਆ ਮੂਵੀ ਦੇਖ? ਪਹਿਲਾਂ ਬਹੁਤ ਵਧੀਆ ਮੈਡਮ, ਮਤਲਬ ਵੀ ਜਿਵੇਂ ਪੰਜਾਬੀ ਫਿਲਮਾਂ ਦਾ ਮਤਲਬ ਬਦਲ ਜੂਗਾ। ਅਮਤੋਜ ਮਾਨ ਸਰ ਨੇ ਪਹਿਲਾਂ ਵੀ ਇੱਦਾਂ ਦੀਆਂ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰੀ ਆ। ਮੇਰਾ ਅਮਤੋਜ ਮਾਨ ਸਰ ਨੂੰ ਵੀ ਸਵਾਲ ਆ, ਬੱਬੂ ਮਾਨ ਅਤੇ ਇਹਨਾਂ ਦੀ ਕੰਟਰੋਵਰਸੀ ਜੀ ਹੋ ਗਈ ਸੀ ਵਿੱਚ ਫਿਲਮਾਂ ਇਹਨਾਂ ਨੇ ਬਣਾਈਆਂ ਨੇ। ਉਹਨਾਂ ਨੇ ਦੋ ਫਿਲਮਾਂ ਬਣਾਈਆਂ ਸੀ, ਇੱਕ ਕਹਾਣੀ ਫਿਲਮ ਬਣਾਈ ਸੀ, ਇੱਕ ਗਦਾਰ ਬਣਾਈ ਸੀ ਹਰਭਜਨ ਮਾਨ ਨੂੰ ਲੈ ਕੇ। ਮੈਨੂੰ ਇਹ ਲੱਗਦਾ ਜੇ ਉਹ ਬੋਲਦੇ ਹੁੰਦੇ ਉਹਨਾਂ ਫਿਲਮਾਂ 'ਚ ਬੱਬੂ ਮਾਨ ਨੇ ਹੋਣਾ ਸੀਗਾ ਅਤੇ ਉਹ ਫਿਲਮਾਂ ਵੀ ਨੈਕਸਟ ਲੈਵਲ ਜਾਣੀਆਂ ਸੀਗੀਆਂ। ਬੱਬੂ ਮਾਨ ਜੀ ਦਾ ਕਿਰਦਾਰ ਬਹੁਤ ਵਧੀਆ ਜੀ, ਯਾਨੀ ਕਿ ਰੀਅਲ ਸਟੋਰੀ ਦੱਸੀ ਹੈ ਬਾਈ ਦੀ ਅਤੇ ਸਾਰੇ ਪਿੰਡ ਦਾ ਬੈਕਗਰਾਊਂਡ ਦੱਸਿਆ ਕਿ ਕਿੱਦਾਂ ਉਹਨਾਂ ਨੇ ਸੈਕਰੀਫਾਈਸ ਕਰਕੇ ਪਿੰਡ ਦੇ ਯਾਨੀ ਕਿ ਜਿਹੜੀ ਜੂਨ ਆ ਉਹ ਸੁਧਾਰੀ ਸੀਗੀ। ਬੱਬੂ ਮਾਨ ਸਰ ਦਾ ਵੀ ਇਹ ਆ ਵੀ ਮੈਨੂੰ ਐਂ ਲੱਗਦਾ ਵੀ ਉਹ ਇੱਕ ਡਾਇਰੈਕਟਰ ਦੇ ਐਕਟਰ ਆ, ਮਤਲਬ ਉਹ ਜੋ ਉਹਨੇ ਆਪਣੇ ਪ੍ਰੋਡਕਸ਼ਨ ਕੀਤੀਆਂ ਫਿਲਮਾਂ ਉਨੀਆਂ ਨਹੀਂ ਗਈਆਂ। ਅਮਤੋਜ ਮਾਨ ਤਾਂ ਬਹੁਤ ਅੰਡਰਰੇਟਡ ਬੰਦਾ, ਉਹਨੂੰ ਕ੍ਰੈਡਿਟ ਜਾਣਾ ਚਾਹੀਦਾ ਫਿਲਮ ਦਾ ਪੂਰੇ ਦਾ ਪੂਰਾ। ਬੱਬੂ ਮਾਨ ਦੇ ਤੇ ਨਾਰੇ ਲੱਗਣ ਡੇ ਆ ਜ਼ਿੰਦਾਬਾਦ, ਤੇ ਇੱਕ ਵਾਰੀ ਅਸੀਂ ਵੀ ਨਾਰੇ ਲਾ ਦਿੰਦੇ ਹਾਂ ਬੱਬੂ ਮਾਨ ਜ਼ਿੰਦਾਬਾਦ। ਬੱਬੂ ਮਾਨ ਦੇ ਬੜੀ ਵੀ ਵਧੀਆ ਮੂਵੀ ਆ ਗਈ ਹੈ ਜੀ ਸੁੱਚਾ ਸੂਰਮਾ। ਅੱਛਾ 20 ਸਤੰਬਰ ਨੂੰ ਇਹ ਰਿਲੀਜ਼ ਹੋਈ ਨਾ, 4 ਦਿਨ ਪਹਿਲੇ, ਅਤੇ ਜਿਹੜਾ ਉਹ ਕਹਿ ਰਹੇ ਜੀ ਬੜੀ ਬਾਰੀਕੀਆਂ ਨਾਲ ਹਰ ਚੀਜ਼ ਦਾ ਖਿਆਲ ਰੱਖਿਆ। ਤਾਂ ਪਹਿਲੇ ਜ਼ਮਾਨੇ 'ਚ ਕਿਹੜਾ ਜੁੱਤੀਆਂ ਹੁੰਦੀਆਂ ਸੀ ਹੈ ਨਾ, ਕਹਿੰਦੇ ਕਿਸੇ ਨੇ ਜੁੱਤੀਆਂ ਪਾਈਆਂ ਸੀ ਕਿਸੇ ਨੇ ਜੁੱਤੀਆਂ ਨਹੀਂ ਪਾਈਆਂ, ਮਤਲਬ ਪੁਰਾਣੇ ਜ਼ਮਾਨੇ ਦੇ ਵਿੱਚ ਲੈ ਕੇ ਚਲੇ ਗਏ ਸਾਨੂੰ। ਆਵਾਮ ਤਾਂ ਬੜੀ ਖੁਸ਼ ਹੋ ਕੇ ਨਿਕਲ ਆ ਰਹੀ ਸੀ, ਅਤੇ ਨਾਲੇ ਕਹਿੰਦੇ ਜੀ ਨੈਸ਼ਨਲ ਸਿਨੇਮਾ ਡੇ ਵੀ ਮਨਾਇਆ ਗਿਆ ਵਾ। ਅਰੇ ਟਿਕਟ ਦੀ ਜਿਹੜੀ ਗੱਲ ਕਰੀਏ ਨਾ, ਹਾਂਜੀ ਟਿਕਟ ਦੀ 99 ਰੁਪੀਸ ਸ਼ਾਇਦ ਮੈਨੂੰ ਸੁਣਨ 'ਚ ਗਲਤੀ ਲੱਗੀ ਇਹੀ ਸੀ ਸ਼ਾਇਦ, ਲੇਕਿਨ ਹੈਰਾਨਗੀ ਦੀ ਗੱਲ ਇਹ ਹੈ ਕਿ ਸਾਡੀ ਬਹੁਤ ਜ਼ਿਆਦਾ ਟਿਕਟ ਹੁੰਦੀ ਹੈ, ਸਾਡੇ ਤਕਰੀਬਨ 1,800-900 ਇੰਨੀ ਟਿਕਟ ਹੁੰਦੀ ਹੈ ਸਾਡੇ ਇੱਕ ਮੂਵੀ ਵੇਖਣ ਦੀ। ਅੱਛਾ ਪਹਿਲੇ ਵੀ ਅਸੀਂ ਜਦੋਂ ਗਏ ਨਾ ਕਸ਼ਮੀਰ, ਅਸੀਂ ਉੱਥੇ ਚਾਏ ਪੀਂਦੇ ਸੀ ਜਾਂ ਜਿਹੜੀ ਵੀ ਚੀਜ਼ ਉਹ ਮਤਲਬ ਦੱਸਦੇ ਸੀ ਜੀ 11 ਕੱਪ ਚਾਏ ਪੀਤੇ ਅਤੇ 1600 ਦੀ, ਤਾਂ ਸਾਡੇ ਵੀਰੇ ਕਮੈਂਟ ਕਰਦੇ ਸੀ ਕਿ ਤੁਸੀਂ 1600 ਦੀ ਚਾਏ ਪੀ ਲਈ, 1600 ਦੀ ਅਸੀਂ 3 ਟਾਈਮ ਦਾ ਖਾਣਾ ਖਾ ਲਈ। ਦਰਅਸਲ ਆਪਣੀ ਤਾਂ ਇੰਡੀਆ ਦੀ ਕਰੰਸੀ ਦਾ ਫਰਕ ਹੈ, ਮਹਿੰਗਾਈ ਨਹੀਂ ਕਰੰਸੀ ਦਾ ਫਰਕ ਹੈ। ਬਹਰਹਾਲ ਵਧੀਆ ਮੂਵੀ ਲੱਗਣ ਡਈ ਹੈ ਸੁੱਚਾ ਸੂਰਮਾ। ਜਦੋਂ ਇਹਦਾ ਟ੍ਰੇਲਰ ਵੇਖਿਆ ਸੀ ਨਾ, ਟ੍ਰੇਲਰ ਹੀ ਬੜਾ ਜ਼ਬਰਦਸਤ ਸੀ, ਇੱਕ ਤਾਂ ਜਿਹੜਾ ਗੈਟਅਪ ਸੀ ਉਹ, ਦੂਸਰਾ ਪਿੱਛੋਂ ਜਿਹੜੀ ਮਤਲਬ ਮੰਜ਼ਰ ਬਣਾਏ ਆ, ਪਿੱਛੋਂ ਇਨਵਾਇਰਮੈਂਟ ਸ਼ੋਅ ਹੋ ਰਿਹਾ ਵਾ, ਉਹ ਬੜਾ ਜ਼ਬਰਦਸਤ ਸੀ ਅਤੇ ਵਧੀਆ ਮੂਵੀ ਲੱਗਣ ਡਈ ਸੀ। ਰਣਵੀਰ ਜੀ ਬੱਬੂ ਮਾਨ ਤਾਂ ਫਿਰ ਵੈਸੇ ਹੀ ਜ਼ਬਰਦਸਤ ਐਕਟਰ ਨੇ। ਹਸ਼ਰ ਮੂਵੀ ਦਾ ਇਹਨਾਂ ਨੇ ਜ਼ਿਕਰ ਕੀਤਾ, ਹਸ਼ਰ ਤੋਂ ਬਾਅਦ ਚਸ ਆ ਗਈ ਸਾਨੂੰ ਮੂਵੀ ਵੇਖਣ ਦੀ। ਹਸ਼ਰ ਮੂਵੀ ਨਹੀਂ ਅਸੀਂ ਵੇਖੀ, ਉਹ ਮੈਂ ਨੈੱਟ 'ਤੇ ਸਰਚ ਕਰਾਂਗੀ ਉਹ ਕਿਹਦੀ ਆ ਅਤੇ ਉਹਦੇ ਵੀ ਕੀ ਸਟੋਰੀ ਹੋ ਸਕਦੀ ਹੈ। ਫਿਰ ਅੱਛੀ ਲੱਗੀ ਤਾਂ ਫਿਰ ਜ਼ਰੂਰ ਆਪਣੇ ਵੀਰਿਆਂ ਨਾਲ ਪੂਰੀ ਹੀ ਵੇਖਾਂਗੇ। ਚਲੋ ਫਿਰ ਚੱਲਦੇ ਹਾਂ ਅਸੀਂ ਆਪਣੀ ਨੈਕਸਟ ਵੀਡੀਓ ਤਰਫ, ਸਾਨੂੰ ਵੀਡੀਓ ਕੈਸੀ ਲੱਗੀ ਹੈ ਕਮੈਂਟ ਕਰਕੇ ਤੁਸੀਂ ਦੱਸਣਾ, ਮਿਲਦੇ ਤੁਹਾਨੂੰ ਨੈਕਸਟ ਵੀਡੀਓ 'ਚ।